सो वेलकम बैक गाइस, की हाल चाल, सब तो होली सारे वधिया होवोगे। ट्रेंड मनजीत सिंह सोही, जग्गी संधू, म्यूजिक बाय म्यूजिक 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 जग्गी संधू वीरे दा अपने, लिरिक्स भी जग्गी संधू वीरे दे ने, ते डिजाइन जसड़, लिरिकल वीडियो रूप इंद्र सिंह। अच्छा मीडिया आयो देखिए की सकता है, खतरनाक बंदे दा ट्रेंड जा रहा है। चिट्ठी लिखी है गद्दारा दिल्ली वाले नू, गद्दार लग जूंगे तुम्हें पता कौन कौन ने। जरा गौर नाल सुनी साडी गल नू, असी बलदे सरकार दे फ्रेंड राणीए, छाया तीर वाले बाबे दा ट्रेंड राणीए, छाया तीर वाले बाबे दा ट्रेंड राणीए। एह एक तरीके दी जिहड़े सिख कौम दे गद्दार ने, जिन्हां ने उदों इंदिरा गांधी नू सब चिट्ठियां लिखियां, सब कुछ दस्या कि इदां इदां सब कुछ हो रहा आ, ठीक आ, कि असी सरकार दे फ्रेंड हाँ, सानू कुछ ना कि सानू कढ लिओ उत्थों, ते प्लीज़ मतलब भिंडरांवाले दा जिहड़ा ट्रेंड छा रहा ना, भिंडरांवाला सारे पासे सीगा उस टाइम ते बहुत ज़्यादा है ना, ते अज भी हैगा। सो उस तरीके दा थोड़ा गीत बनाया, एक वैरी जिहड़ा एक गद्दार है सिख कौम दा, वो दिल्ली नू सुना रहा गल, उस तरीके दी चीज़ है। ਗਲ ਨਾਲ ਲਾ ਰਿਹਾ, ਗਲ ਲਾ ਰਿਹਾ ਉਹਨਾਂ ਨੂੰ, ਜੱਫੀ ਪਾ ਰਿਹਾ, ਤੇ ਸਰਕਾਰਾਂ ਕੁਛ ਹੋਰ ਹੀ ਸੁਣਾਉਂਦੀਆਂ ਰਹੀਆਂ ਨੇ, ਸਿਸਟਮ ਕੁਛ ਹੋਰ ਹੀ ਸੁਣਾਉਂਦਾ ਰਿਹਾ। ਨੌਜਵਾਨਾਂ ਨੂੰ ਹੱਕਾਂ ਲਈ ਭੜਕਾ ਰਿਹਾ, ਉਹਦੇ ਭਾਸ਼ਣਾਂ ਦੀ ਗੱਲਬਾਤ ਐਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ, ਉਹਦੇ ਭਾਸ਼ਣਾਂ ਦੀ ਗੱਲਬਾਤ ਐਂਡ ਰਾਣੀਏ 100%। ਮਨਜੀਤ ਸਿੰਘ ਸੋਹੀ ਵੀਰਾ ਮਤਲਬ ਆਪਣੇ ਇੱਧਰਲੇ ਪਾਸੇ, ਜੇ ਤੁਸੀਂ ਇੱਧਰੋਂ ਦੇਖੋ ਸਿੱਧੇ ਤਰੀਕੇ ਨਾਲ ਤਾਂ ਲੈਫਟ ਇੱਧਰਲੇ ਪਾਸੇ ਆ, ਅਤੇ ਆ ਬਾਈ ਜੱਗੀ ਸੰਧੂ ਵੀਰੇ ਨੇ। ਅਨੰਦਪੁਰ ਸਾਹਿਬ ਦਾ ਮਤਾ ਜ਼ਰੂਰ ਪੜਿਓ, ਮੈਨੂੰ ਜਿੰਨੇ ਬੰਦੇ ਮਤਲਬ ਜਿਨ੍ਹਾਂ ਮੁੰਡਿਆਂ ਨੂੰ ਜਿਨ੍ਹਾਂ ਕੁੜੀਆਂ ਨੂੰ ਇਸ ਚੀਜ਼ 'ਚ ਇੰਟਰਸਟ ਹੈ, ਠੀਕ ਹੈ, ਕਿ ਐਕਚੁਅਲ 'ਚ ਸਾਰਾ ਕੁਛ ਹੈ ਕੀ, ਇਹ ਪੰਗਾ ਕੀ ਹੈ ਸਾਰਾ ਜਿਹੜਾ ਚੱਲ ਰਿਹਾ ਐਕਚੁਅਲ 'ਚ ਸਿਸਟਮ ਵਰਸਿਸ ਸਿੱਖ ਕੌਮ, ਤਾਂ ਅਨੰਦਪੁਰ ਸਾਹਿਬ ਦਾ ਮਤਾ ਜ਼ਰੂਰ ਪੜਿਓ। ਅਨੰਦਪੁਰ ਸਾਹਿਬ ਦਾ ਮਤਾ ਹੀ ਲਿਖ ਦਿਓ, ਸਿਰਫ ਯੂਟਿਊਬ ਗੂਗਲ 'ਤੇ ਲਿਖ ਦਿਓ, ਤਾਂ ਪੂਰੀ ਪੂਰੀ ਲਿਸਟ ਆ ਜੂਗੀ ਪੰਜਾਬੀ ਦੇ ਵਿੱਚ, ਤੁਸੀਂ ਉਹ ਪੜ੍ਹ ਸਕਦੇ ਹੋ, ਉਹਦੇ ਵਿੱਚ ਕੀ ਲਿਖਿਆ ਸੀ, ਉਹ ਮੰਗਾਂ ਸੀ ਕੁਛ, ਤੇ ਉਹਦੇ 'ਚ ਕੋਈ ਮੰਗ ਗਲਤ ਨਹੀਂ ਆ, ਤੁਸੀਂ ਪੜ੍ਹ ਸਕਦੇ ਹੋ। ਰਾਗੀ ਢਾਡੀ ਤੇ ਕਵੀਸ਼ਰਾਂ ਨੂੰ ਗਾਉਣ ਲਈ, ਦੇ ਕੇ ਵਿਸ਼ਾ ਤੋਰੇ ਆਏ ਪਿੰਡ ਪਿੰਡ ਰਾਣੀਏ, ਛਾਇਆ ਤੀਰ ਵਾਲ ਬਾਬੇ ਦਾ ਟਰੰਡ ਰਾਣੀਏ, ਛਾਇਆ ਤੀਰ ਵਾਲ ਬਾਬੇ ਦਾ ਟਰੰਡ ਰਾਣੀਏ। ਬੰਦ ਕਮਰੇ ਚ ਕਰਦੇ ਆ ਨੀਤੀਆਂ, ਚੋਰੀ
ਚੱਕ 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 ਇਹ ਉਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਇੱਦਾਂ ਇੱਦਾਂ ਕਰਕੇ ਕਰਦੇ ਹਾਂ, ਠੀਕ ਆ, ਮਸਾਂ ਮਸਾਂ ਅਸੀਂ ਮੀਟਿੰਗਾਂ ਚੋਰੀ ਚੋਰੀ ਅਟੈਂਡ ਕਰਦੇ ਹਾਂ, ਉਹਨੂੰ ਪਤਾ ਨਾ ਲੱਗ ਜੇ, ਠੀਕ ਆ, ਕਿ ਅਸੀਂ ਤਾਂ ਤੁਹਾਡੇ ਨਾਲ ਹਾਂ। ਐਕਚੁਅਲ 'ਚ ਪੰਗਾ ਹੀ ਇਹੀ ਸਾਰਾ ਪਿਆ ਸੀਗਾ ਕਿ ਇਹਨਾਂ ਨੂੰ ਇਹ ਹੋ ਗਿਆ ਕਿ ਯਾਰ ਇੱਥੇ ਹੱਕ ਮਿਲ ਜਾਣਗੇ ਤਾਂ ਸਾਡੀ ਜਿਹੜੀ ਦੁਕਾਨ ਚੱਲੀ ਆ ਵਧੀਆ, ਜਿੱਥੋਂ ਅਸੀਂ ਨੋਟ ਕਮਾਉਂਦੇ ਹਾਂ, ਠੀਕ ਆ, ਉਹ ਤਾਂ ਬੰਦ ਹੋ ਜੂਗੀ। ਮਤਲਬ ਭਿੰਡਰਾਂ ਤਾਂ ਕੁਛ ਸੱਚੇ ਪਾਸੇ ਲਾਉਣ ਲੱਗਾ ਲੋਕਾਂ ਨੂੰ। ਓ ਮਾਈ ਗਾਡ, ਓ ਮਾਈ ਗਾਡ, ਕਿਆ ਬਾਤ ਹੈ। ਮਜ਼ੇਦਾਰ ਗੀਤ, ਮਜ਼ੇਦਾਰ ਚੀਜ਼, ਇੱਕ ਅਲੱਗ ਜਿਹੇ ਤਰੀਕੇ ਨਾਲ ਸੁਣਨ ਨੂੰ ਮਿਲੀ। ਹਮੇਸ਼ਾ ਨਹੀਂ ਤਾਂ ਬੰਦਾ ਹੀ ਦੱਸਦਾ ਹੁੰਦਾ ਸੀ ਇੱਦਾਂ 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 ਕਰਕੇ, ਮਤਲਬ ਭਿੰਡਰਾਂ ਵਾਲਾ ਹੈ, ਭਿੰਡਰਾਂ ਵਾਲੇ ਸਾਹਿਬ, ਜਰਨੈਲ ਸਾਹਿਬ ਜੀ, ਜਰਨੈਲ ਸਿੰਘ ਜੀ, ਇੱਦਾਂ ਇੱਦਾਂ ਠੀਕ ਹੈ। ਬਟ ਇਹ ਪਹਿਲੀ ਵਾਰੀ ਇੱਕ ਜਿਵੇਂ ਨਾ ਇੱਕ ਚੀਜ਼ ਲਿਖੀ ਹੈ ਜਿਹੜੀ ਵੈਰੀ ਵੱਲੋਂ, ਇੱਕ ਗੱਦਾਰ ਵੱਲੋਂ, ਇੱਕ ਹੇਟਰ ਵੱਲੋਂ ਇੱਕ ਬੰਦੇ ਨੂੰ ਸੁਣਾਈ ਜਾ ਰਹੀ ਹੈ, ਠੀਕ ਹੈ, ਕਿ ਆਹ ਤੇਰੇ ਵਾਸਤੇ ਇੱਦਾਂ ਇੱਦਾਂ ਮੈਂ ਦੱਸ ਰਿਹਾ ਸਿਸਟਮ ਨੂੰ, ਠੀਕ ਆ, ਮਤਲਬ ਆਹ ਆਹ ਚੀਜ਼ਾਂ ਸਿਸਟਮ ਨੂੰ ਦੱਸ ਰਿਹਾ ਬੰਦਾ ਕਿ ਉਹ ਇੱਦਾਂ ਦਾ ਆ, ਠੀਕ ਆ। ਲੰਕਾ ਘਰ ਦੇ ਪੇਤੀ ਹੀ ਢਾਂਦੇ ਹੁੰਦੇ ਨੇ, ਅਤੇ ਆਹ ਵੇਖ ਲਓ ਢਾਈ ਜੇ, ਬਹੁਤ ਹੀ ਸੋਹਣਾ ਉਪਰਾਲਾ ਜੱਗੀ ਸੰਧੂ ਅਤੇ ਮਨਜੀਤ ਸਿੰਘ ਸੋਈ ਵੱਲੇ ਵੀਰੇ ਵੱਲੋਂ, ਅਤੇ ਕਿਆ ਬਾਤ ਹੈ, ਕਿਆ ਬਾਤ ਹੈ। ਜ਼ਰੂਰ ਸਾਰੇ ਜਣੇ ਸੁਣੋ ਅਤੇ ਅਸੀਂ ਗੀਤਾਂ ਨੂੰ ਪਿਆਰ ਦਿਆ ਕਰੋ ਤਾਂ ਕਿ ਅਸੀਂ ਗੀਤ ਹੋਰ ਆਉਣ ਥੋੜ੍ਹੇ ਜਿਹੇ, ਠੀਕ ਆ। ਅਤੇ ਬਾਕੀ ਇਹ ਕਿਹਨੇ ਲਿਖੀ ਸੀ ਇਹ ਸਾਰਾ ਕੁਝ, ਠੀਕ ਹੈ, ਅਤੇ ਉਹ ਇਹ ਸਭ ਕੁਝ ਉਹ ਚੱਲਦਾ ਹੈ, ਉਹ ਸਾਰਾ ਕੁਛ ਨਾਨਾ ਨੇ ਦੈਨ ਲੌਂਗੋਵਾਲ, ਤੁਸੀਂ ਅੱਗੇ ਪੜ੍ਹ ਸਕਦੇ ਹੋ, ਮੈਂ ਤੁਹਾਨੂੰ ਇੰਨਾ ਵਰਡ ਦੱਸ ਦਿੰਦਾ। ਲੌਂਗੋਵਾਲ ਮੈਨੂੰ ਮੇਨ ਉਹਨਾਂ ਦਾ ਨਾਮ ਨਹੀਂ ਪਤਾ ਹੈਗਾ, ਨਾ ਹੀ ਮੈਂ ਪਤਾ ਕਰਨਾ ਚਾਹੁੰਦਾ, ਠੀਕ ਹੈ, ਗੱਦਾਰਾਂ ਦੇ ਨਾਮ ਲੋੜ ਨਹੀਂ ਹੈਗੇ ਯਾਦ ਰੱਖਣੇ ਦਿਮਾਗਾਂ 'ਚ, ਅਤੇ ਬਸ ਸੱਚੇ ਸੁੱਚੇ ਬਣ ਕੇ ਰਹੋ। ਸਤਿ ਸ਼੍ਰੀ ਅਕਾਲ।